ਜੀ ਗੁਰਦਿਆਲ ਸਿੰਘ ਵਿਰਕ ਕਿਹੜੀ ਯੂਨੀਅਨ ਤੋਂ ਹੈ ਜੀ ਸਾਡੀਆਂ ਹੁਣ ਤਾਂ ਸਾਰੀਆਂ ਜਿਹੜੀਆਂ ਇਕੱਠੀਆਂ ਨੇ ਅਸੀਂ ਸੰਯੁਕਤ ਕਿਸਾਨ ਮੋਰਚਾ ਦਿੱਲੀ ਹੈ ਜਿਨ੍ਹਾਂ ਦੇ ਉੱਥੇ ਅਸੀਂ ਸਰਗਰਮੀ ਨਾਲ ਮੈਂਬਰ ਹਾਂ ਤੇ ਜੇਕਰ ਗੱਲ ਕਰ ਲਈ ਅੱਜ ਜਿਹੜਾ ਬਾਬਾ ਰਾਮਦੇਵ ਦਾ ਪਤੰਜਲੀ ਸਟੋਰ ਹੈ ਇਹਨੂੰ ਬੰਦ ਕਰਾਇਆ ਜਾ ਰਿਹਾ ਕਿ ਅਵੇਅਰ ਕੀਤਾ ਜਾ ਰਿਹਾ ਨਹੀਂ ਨਹੀਂ ਅਸੀਂ ਬੰਦ ਨਹੀਂ ਕਰਵਾ ਰਹੇ ਅਸੀਂ ਲੋਕਾਂ ਨੂੰ ਅਵੇਅਰ ਕਰ ਰਹੇ ਹਾਂ ਕਿ ਇਹ ਜੋ ਲੁੱਟ ਦੀ ਦੁਕਾਨ ਹੈ ਤੁਹਾਨੂੰ ਤੁਹਾਡੇ ਨਾਲ ਧੋਖਾ ਹੋ ਰਿਹਾ ਉਹ ਲੋਕਾਂ ਨੂੰ ਸੁਚੇਤ ਕਰ ਰਹੇ ਹਾਂ ਕਿ ਇਹਨਾਂ ਤੋਂ ਬਚੋ ਇਹਨਾਂ ਦੀ ਕਹਿਣੀ ਤੇ ਕਰਨੀ ਵਿੱਚ ਬਹੁਤ ਜ਼ਿਆਦਾ ਅੰਤਰ ਹੈ ਇਹ ਝੂਠ ਦੁਕਾਨ ਮਾਰ ਕੇ ਤੁਹਾਨੂੰ ਲੁੱਟ ਰਹੇ ਨੇ ਲੁੱਟ ਕੇ ਛੋਟੇ ਦੁਕਾਨਦਾਰਾਂ ਦਾ ਇਹ ਜਲੂਸ ਕੱਢ ਰਹੇ ਨੇ ਉਹਨਾਂ ਦੇ ਵਪਾਰ ਖਤਮ ਕਰ ਰਹੇ ਨੇ ਸਾਰਾ ਕੁਝ ਆਪ ਹੜੱਪਣਾ ਚਾਹੁੰਦੇ ਨੇ ਇਸ ਲਈ ਅਸੀਂ ਲੋਕਾਂ ਨੂੰ ਅਵੇਅਰ ਕਰਕੇ ਇਹਨਾਂ ਦਾ ਬਾਈਕਾਟ ਕਰਾਵਾਂਗੇ ਇਸ ਤੋਂ ਇਲਾਵਾ ਕੋਈ ਹੋਰ ਪੁਤਲੇ ਫੁੱਕਣ ਦੇ ਵੀ ਰਾਜ਼ੀ ਬਿਲਕੁਲ ਬਿਲਕੁਲ ਅਸੀਂ ਅੱਜ ਜਿਹੜੇ ਉਹ ਕਾਰਪੋਰੇਟ ਘਰਾਣੇ ਨੇ ਅਡਾਨੀ ਹੈ ਅਬਾਨੀ ਹੈ ਲਾਲਾ ਰਾਮਦੇਵ ਹੈ ਇਹਨਾਂ ਦੇ ਅਸੀਂ ਪੁਤਲੇ ਫੁੱਕਾਂਗੇ ਤਾਂ ਜੋ ਲੋਕਾਂ ਦੇ ਵਿੱਚ ਜਾਗਰਤਾ ਆਵੇ ਲੋਕ ਨੇ ਜਿਹੜੇ ਅਵੇਅਰ ਹੋ ਜਾਣ ਇਹ ਦੇਖੋ ਤੁਸੀਂ ਕਿੱਡੀ ਲੁੱਟ ਦੀ ਦੁਕਾਨ ਹੈ ਆ ਅੰਦਰ ਦੇਖ ਲਓ ਰਾਮਦੇਵ ਦੀ ਦੁਕਾਨ ਦੇ ਅੰਦਰ 150 ਰੁਪਏ ਲੀਟਰ ਕਿਲੋ ਇਹ ਵੇਚ ਰਹੇ ਆ ਤੇਲ ਸਰੋਂ ਦਾ ਮਾਰਕੀਟ 'ਚ ਜਾ ਕੇ ਤੁਸੀਂ ਪਤਾ ਕਰੋ 90-95 ਰੁਪਏ ਹੈ ਸਰੋਂ ਸਾਡੀ ਹੈ ਉਹੀ ਤੇਲ ਹੈ ਕੋਈ ਰਾਮਦੇਵ ਕੋਲ ਘਿਓ ਨਹੀਂ ਇਸੇ ਤਰ੍ਹਾਂ ਦੇਸੀ ਘਿਓ ਹੈ ਤੁਸੀਂ ਪਤਾ ਕਰਵਾ ਲਓ ਇਸੇ ਤਰ੍ਹਾਂ ਦੂਜਾ ਘਿਓ ਹੈ ਜਿਹੜੇ ਵੀ ਪ੍ਰੋਡਕਟ ਨੇ ਸਾਡੇ ਖੇਤਾਂ 'ਚ ਆਉਂਦੇ ਨੇ ਜ਼ਿਮੀਦਾਰ ਦੇ ਖੇਤ 'ਚੋਂ ਆਉਂਦੇ ਨੇ ਪਰ ਇਹ ਲਾਲਾ ਆਪਣੀ ਚਲਾਕੀ ਨਾਲ ਆਪਣੀ ਹੁਸ਼ਿਆਰੀ ਨਾਲ ਕਿਉਂਕਿ ਸਰਕਾਰ ਦੀ ਸ਼ੈ ਹੈ ਸਰਕਾਰ ਦਾ ਮੀਡੀਆ ਗੋਦੀ ਮੀਡੀਆ ਸਭ ਕੁਝ ਦਿਖਾਉਂਦਾ ਹੀ ਇਹਨਾਂ ਦਾ ਇਹਨਾਂ ਨੇ ਛੋਟੇ ਛੋਟੇ ਦੁਕਾਨਦਾਰਾਂ ਦੀਆਂ ਦੁਕਾਨਦਾਰੀਆਂ ਖਤਮ ਕਰ ਦਿੱਤੀਆਂ ਇਹ ਸਾਡੇ ਇਕੱਲੇ ਜ਼ਿਮੀਦਾਰਾਂ 'ਤੇ ਮਾਰ ਨਹੀਂ ਇਹ ਹਰ ਵਰਗ ਨੂੰ ਹੜੱਪਣਾ ਚਾਹੁੰਦੇ ਨੇ ਜਿਸ ਲਈ ਅਸੀਂ ਇਹਨਾਂ ਦਾ ਬਾਈਕਾਟ ਕਰ ਰਹੇ ਹਾਂ ਇਹਨਾਂ ਦੇ ਪੁਤਲੇ ਫੂਕ ਰਹੇ ਹਾਂ 26 ਦਾ ਕੀ ਪ੍ਰੋਗਰਾਮ ਰਹੇਗਾ ਅਤੇ ਇੱਥੋਂ ਵੀ ਜਥੇਬੰਦੀਆਂ ਦੇ ਬੰਦੇ ਪਹੁੰਚਣ ਬਿਲਕੁਲ ਬਿਲਕੁਲ ਇਸੇ ਕਰਕੇ ਸਾਡਾ ਸੰਯੁਕਤ ਮੋਰਚੇ ਦੀ ਜਿਹੜੇ ਉੱਥੋਂ ਡਿਊਟੀ ਲੱਗੀ ਹੋਈ ਹੈ ਅਸੀਂ ਪਿੰਡਾਂ 'ਚ ਕੱਲ੍ਹ ਦੇ ਬਹੁਤ ਪਿੰਡਾਂ 'ਚ ਜਾ ਚੁੱਕੇ ਹਾਂ ਹਰ ਪਿੰਡ ਦੇ ਵਿੱਚੋਂ ਹਰ ਟਰੈਕਟਰੀ ਲੈ ਕੇ ਜਾਣਾ ਚਾਹ ਰਿਹਾ ਬੰਦਾ ਲੋਕਾਂ 'ਚ ਇੰਨਾ ਜੋਸ਼ ਹੈ ਇੰਨਾ ਹੋਸ਼ ਹੈ ਕਿ ਹਰ ਬੰਦਾ ਸਾਡੀ ਗੱਲ ਮੰਨਣ ਨੂੰ ਤਿਆਰ ਹੈ ਕਿ ਇਹਨੂੰ ਪੀਸਫੁੱਲੀ ਕਰਨਾ ਕਿਸੇ ਤਰ੍ਹਾਂ ਦਾ ਜਿਵੇਂ ਮੀਡੀਆ ਨੇ ਦਿਖਾਇਆ ਜਾਂ ਕੁਛ ਬੰਦਿਆਂ ਨੇ ਗੁੰਮਰਾਹ ਕੀਤਾ ਕਿ ਅਸੀਂ ਉਹਨਾਂ ਨੂੰ ਵੱਡੇ ਵੱਡੇ ਟੈਂਕ ਬਣਾਵਾਂਗੇ ਉਹਨਾਂ ਦੀ ਸੇਫਟੀ ਕਰਾਂਗੇ ਨਹੀਂ ਅਸੀਂ ਸਿੰਪਲ ਟਰੈਕਟਰ ਲੈ ਕੇ ਜਾਵਾਂਗੇ ਔਰ ਪੀਸਫੁੱਲੀ ਜਿੱਥੇ ਸਾਨੂੰ ਉਹ ਜਗ੍ਹਾ ਦੇਣਗੇ ਕੱਲ੍ਹ ਨੂੰ ਅਸੀਂ ਉਹਨਾਂ ਨਾਲ ਬੈਠ ਕੇ ਗੱਲ ਕਰਨੀ ਹੈ ਕਿ ਜਿਸ ਵੀ ਰੋਡ 'ਤੇ ਸਾਨੂੰ ਕਹੋਗੇ ਅਸੀਂ ਉਸੇ ਰੋਡ 'ਤੇ ਗਣਤੰਤਰ ਦਿਵਸ ਬੜੇ ਐਨ ਸ਼ਾਂਤੀਪੂਰਵਕ ਮਨਾ ਕੇ ਇਸ ਵਰਲਡ ਦੇ ਵਿੱਚ ਦਿਖਾਵਾਂਗੇ ਠੀਕ ਹੈ ਜੀ